ਇਹ ਖਬਰ ਮੈਨੂੰ ਬੜੀ ਰੌਚਕ ਵੀ ਲੱਗੀ ਅਤੇ ਹੈਰਾਨ ਕਰਨ ਵਾਲੀ ਵੀ ਲੱਗੀ। ਇੱਕ ਬੱਚਾ ਸਕੂਲ ਦੇ ਵਿੱਚੋਂ ਬੰਕ ਮਾਰਦਾ, ਰੇਲਵੇ ਸਟੇਸ਼ਨ 'ਤੇ ਚੱਲ ਜਾਂਦਾ, ਉੱਥੋਂ ਉਹ ਇੱਕ ਤਰ੍ਹਾਂ ਆਪਾਂ ਨੂੰ ਕਿਡਨੈਪ ਹੀ ਕਹਿ ਲਈਏ, ਅਗਵਾਹ ਕਹਿ ਲਈਏ, ਹੋ ਜਾਂਦਾ ਅਤੇ ਕਈ ਸਾਲਾਂ ਬਾਅਦ ਫਿਰ ਉਹ ਮਾਪਿਆਂ ਨੂੰ ਮਿਲਦਾ, ਪਰ ਉਹਨੂੰ ਉਹਦਾ ਰੂਪ ਅਤੇ ਇੱਥੋਂ ਤੱਕ ਕਿ ਉਹਦਾ ਧਰਮ ਵੀ ਬਦਲ ਜਾਂਦਾ। ਇਹ ਪੂਰੀ ਕੀ ਕਹਾਣੀ ਹੈ ਜੀ? ਨਹੀਂ ਦੇਖੋ, ਇਹ ਨਾ ਕੁਛ ਦਿਨ ਪਹਿਲਾਂ ਇੱਕ ਕਹਿ ਲਓ ਖੁਲਾਸਾ ਹੋਇਆ, ਅਤੇ ਕਮਾਲ ਦੀ ਗੱਲ ਆ ਕਿ ਇਹ ਸਾਰਾ ਜਿਹੜਾ ਘਟਨਾ ਦਾ ਪਟਕਥਾ ਦਾ ਜਿਹੜਾ ਜੋ ਵੀ ਕੇਂਦਰ ਹੈ ਉਹ ਚੰਡੀਗੜ੍ਹ ਸੀ ਜੀ। ਇਹ ਇੱਕ ਫੈਮਿਲੀ ਸੀਗੀ ਹਰਦੋਈ ਤੋਂ, ਇੱਥੇ ਆ ਕੇ ਆ ਜਿਹੜਾ ਚੰਡੀਗੜ੍ਹ ਦੇ ਨਾਲ ਹੀ ਇੱਕ ਪਿੰਡ ਆ, ਸ਼ਾਇਦ ਰਾਏਪੁਰ ਕੁਛ ਇਸ ਤਰ੍ਹਾਂ ਦਾ ਪਿੰਡ ਦਾ ਨਾਮ ਆ ਜੀ ਕਲਾਂ, ਤਾਂ ਉੱਥੇ ਆ ਕੇ ਰਹਿੰਦਾ ਸੀਗਾ, ਮਿਹਨਤ ਮਜ਼ਦੂਰੀ ਆਪਦੀ ਕਰਦਾ ਸੀਗਾ। ਇਹ ਮੁੰਡਾ ਮਤਲਬ ਕਿ ਉਦੋਂ ਲਾ ਲਓ ਕਿ ਕੋਈ ਰਿਹਾ ਹੋਊਗਾ 8-9 ਸਾਲ ਦਾ। ਉਸ ਵੇਲੇ ਇਹ ਜਿਵੇਂ ਤੁਸੀਂ ਕੁਛ ਕਹਾਣੀ ਦਾ ਹਿੱਸਾ ਦੱਸਿਆ ਕਿ ਇਹ ਸਕੂਲ ਜਾਂਦਾ ਅਤੇ ਸਕੂਲ ਗਿਆ ਹੀ, ਮੁੜ ਕੇ ਪਰਤਦਾ ਹੀ ਨਹੀਂ, ਜੇ ਪਰਤਦਾ ਹੈ ਤਾਂ ਫਿਰ ਉਹਦਾ ਧਰਮ ਪਰਿਵਰਤਨ ਜਾਂ ਨਾਮ ਸਭ ਕੁਛ ਜਿਹੜਾ ਪਰਿਵਰਤਿਤ ਹੋ ਚੁੱਕਾ ਹੁੰਦਾ, ਬਦਲ ਚੁੱਕਾ ਹੁੰਦਾ। ਹੁੰਦਾ ਕੀ ਆ ਕਿ ਜਿਵੇਂ ਜਵਾਕ ਕਹਿ ਲਓ ਕਿ ਸਕੂਲ ਨਹੀਂ ਜਾਂਦੇ ਕਈ ਵਾਰ ਜੀ, ਅਤੇ ਉਹ ਕਿਸੇ ਥਾਂ 'ਤੇ ਉਹਨਾਂ ਟਾਈਮ ਪਾਸ ਕਰ ਲੈਂਦੇ, ਛੁੱਟੀ ਦੇ ਟਾਈਮ ਨੂੰ ਆ ਜਾਂਦੇ ਆ, ਸਾਰੇ ਕਰਦੇ ਰਹੇ ਆਪਾਂ। ਹਾਂਜੀ, ਮੈਂ ਤਾਂ ਪੂਰਾ, ਮੈਂ ਤਾਂ ਗੱਜ ਵੱਜ ਕੇ, ਮੈਂ ਤਾਂ ਫਿਲਮ ਵੇਖ ਕੇ ਅਤੇ ਜਾ ਕੇ ਛੁੱਟੀ ਦੇ ਟਾਈਮ ਨੂੰ ਬਸਤਾ ਚੱਕ ਲੈਂਦਾ ਹੁੰਦਾ ਸੀ। ਅਸੀਂ ਵੀ ਛੱਪੜ ਦੇ ਵੱਡੇ ਬੋਰਡ ਦੇ ਕਈ ਵਾਰੀ ਥੱਲੇ ਤਣੇ ਨਾਲ ਬਹਿ ਕੇ ਮੁੜ ਜਾਣਾ ਹੁੰਦਾ ਸੀ। ਹਾਂਜੀ ਹਾਂਜੀ, ਬਿਲਕੁਲ ਇਸੇ ਤਰ੍ਹਾਂ ਹੀ ਚੱਲਦਾ ਜ਼ਿੰਦਗੀ ਦੇ ਵਿੱਚ। ਬੰਕ ਦਾ ਆਪਣਾ ਮਜ਼ਾ ਹੈ ਜੀ, ਠੀਕ ਹੈ ਨਾ। ਹੁਣ ਆਪਾਂ ਜਦੋਂ ਵੱਡੇ ਹੋ ਜਾਂਦੇ ਤਾਂ ਉਦੋਂ ਫਰਲੋ ਕਹਿ ਦਿੰਦੇ ਕਿ ਫਰਲੋ ਵੱਜ ਗਈ ਆ ਜੀ। ਗੱਲ ਇਹ ਆ ਕਿ ਉਹ ਜਿਹੜਾ ਬੱਚਾ ਸੀਗਾ ਉਹ ਚਲੇ ਜਾਂਦਾ ਰੇਲਵੇ ਸਟੇਸ਼ਨ 'ਤੇ ਜੀ ਜੀ। ਉੱਥੇ ਕੁਛ ਵੱਡੀ ਉਮਰ ਦੇ ਉਹਨੂੰ ਮਿਲਦੇ ਆ ਨੌਜਵਾਨ, ਉਹ ਖੇਡਦੇ ਆ, ਗੱਲਾਂ ਬਾਤਾਂ ਕਰਦੇ ਆ। ਅਖੀਰ ਪਤਾ ਨਹੀਂ ਕੀ ਵਾਪਰਦਾ ਕਿ ਉਹਨੂੰ ਨਾਲ ਹੀ ਉਹ ਗੱਡੀ 'ਚ ਲੈ ਜਾਂਦੇ ਆ, ਇਹ ਤਿਆਰ ਹੋ ਜਾਂਦਾ। ਲਓ ਜੀ, ਮੁੰਡਾ ਘਰੇ ਨਹੀਂ ਪਰਤਿਆ, ਮਾਂ ਨੇ ਬਾਪ ਨੂੰ ਕਿਹਾ ਕਿ ਉਹ ਤਾਂ ਆਇਆ ਹੀ ਨਹੀਂ ਜੀ, ਫਿਕਰ ਹੋ ਹੀ ਜਾਂਦਾ ਬਿਲਕੁਲ। ਉਹ ਸਕੂਲੇ ਗਏ, ਉਹਨਾਂ ਆਖਿਆ ਸਕੂਲੇ ਤੋਂ ਆਇਆ ਹੀ ਨਹੀਂ। ਇੱਧਰ ਉੱਧਰ ਉਹ ਟੱਬਰ ਭੱਜਿਆ ਪਰ ਕਿਤੇ ਵੀ ਉਹਦੀ ਸੂਹ ਨਹੀਂ ਲੱਗੀ ਜੀ। ਚਲੋ ਥੱਕ ਹਾਰ ਕੇ ਉਹ ਟੱਬਰ ਜਿਹੜਾ ਬਹਿ ਜਾਂਦਾ। ਆ ਅਚਾਨਕ ਆ ਥੋੜ੍ਹਾ ਸਮਾਂ ਪਹਿਲਾਂ ਜੀ, ਇੱਕ ਦਿਨ ਉਸੇ ਹੀ ਬੰਦੇ ਦੇ ਮੋਬਾਈਲ 'ਤੇ ਕਾਲ ਵੱਜਦੀ ਆ ਕਿ ਬਈ ਤੇਰਾ ਮੁੰਡਾ ਜਿਉਂਦਾ ਹੈ। ਓਹ, ਤੇਰਾ ਮੁੰਡਾ ਜਿਉਂਦਾ ਆ, ਅਤੇ ਉਹਨੂੰ ਇੱਕ ਜਗ੍ਹਾ ਦੱਸੀ ਜਾਂਦੀ ਆ ਕਿ ਇੱਥੇ ਆ ਜਾ ਜੀ। ਜਗ੍ਹਾ ਸੀ ਉਹ ਸ਼ਾਇਦ ਮੁਜ਼ੱਫਰਨਗਰ ਜੀ ਜੀ, ਉੱਥੇ ਨੇੜ ਤੇੜ ਦੀ। ਲਓ ਜੀ, ਬਾਪ ਵਿਚਾਰਾ ਮਤਲਬ ਕਿ ਕਹਿ ਲਓ ਕਿ ਭੱਜਿਆ ਬਿਲਕੁਲ, ਯਾਰ ਮੇਰਾ ਪੁੱਤ ਜਿਉਂਦਾ। ਉਹਨਾਂ ਨੇ ਤਾਂ ਪਾਣਾ ਮੰਨ ਲਿਆ ਹੋਣਾ ਕਿ ਕਿੱਧਰ ਚਲਿਆ ਗਿਆ, ਕੀ ਪਤਾ ਹੈਗਾ ਵੀ ਹੈ ਜੀ ਜੀ ਜੀ। ਲਓ ਜਦੋਂ ਗਏ ਤਾਂ ਉਹ ਤਾਂ ਉੱਥੇ ਇੱਕ ਮੁਸਲਿਮ ਅੱਲੜ ਨੌਜਵਾਨ ਜਿੱਦਾਂ ਕਹਿ ਲਓ ਕਿ ਉਹਦੇ ਰੂਪ 'ਚ ਸੀਗਾ ਜੀ। ਚਲੋ ਉਹਨੂੰ ਲਿਆਂਦਾ, ਹੁਣ ਉਹ ਪਰਿਵਾਰ ਦੇ ਨਾਲ ਪਹਿਲਾਂ ਤਾਂ ਨਹੀਂ ਰਚਦਾ ਮਿਚਦਾ ਸੀਗਾ, ਥੋੜ੍ਹੀਆਂ ਥੋੜ੍ਹੀਆਂ ਗੱਲਾਂ ਉਹਨੂੰ ਯਾਦ ਆ, ਪਰ ਹੁਣ ਦੱਸਦੇ ਆ ਕਿ ਹੌਲੀ 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 ਨਾ ਦੁਬਾਰਾ ਆਪਦੇ ਪਰਿਵਾਰ 'ਚ ਮਿਕਸਅਪ ਹੋ ਰਿਹਾ। ਅਤੇ ਇਸ ਤੋਂ ਇਲਾਵਾ ਕੁਛ ਬੰਦਿਆਂ 'ਤੇ ਉੱਥੇ ਮੁਕੱਦਮਾ ਪਿਆ ਜੀ, ਧਰਮ ਪਰਿਵਰਤਨ ਦੇ ਦੋਸ਼ ਤਹਿਤ। ਕਹਾਣੀ ਇਹ ਵਾਪਰਦੀ ਹੈ ਸੁਖਮ ਸਾਹਿਬ ਕਿ ਉਹ ਜਿਹੜੇ ਬੰਦੇ ਸੀਗੇ ਜੀ, ਉਹਨਾਂ ਨੇ ਇੱਥੋਂ ਇਸ ਬੱਚੇ ਨੂੰ ਗਲਤ ਭਾਵਨਾ ਦੇ ਨਾਲ ਹੀ ਗੱਲੀ ਲਾ ਲਿਆ ਅਤੇ ਉਹ ਇੱਥੇ ਲੈ ਆਏ, ਮੁਜ਼ੱਫਰਨਗਰ ਨਹੀਂ, ਪਹਿਲਾਂ ਸਹਾਰਨਪੁਰ ਗਏ ਸੀਗੇ। ਸਹਾਰਨਪੁਰ ਕੀ ਆ ਕਿ ਇੱਕ ਮਦਰੱਸੇ 'ਚ ਉਹਨੂੰ ਛੱਡ ਦਿੱਤਾ ਗਿਆ ਜਿੱਥੇ ਉਹਦਾ ਧਰਮ ਪਰਿਵਰਤਨ ਹੋ ਗਿਆ ਜੀ, ਜਿੱਥੇ ਮਤਲਬ ਕਿ ਉਹਨੂੰ
ਸਿੱਖਿਆ ਦੇਣੀ ਸ਼ੁਰੂ ਕਰ ਦਿੱਤੀ। ਕਰੋਨਾ ਕਾਲ ਦੇ ਵਿੱਚ ਉਹ ਮਦਰੱਸਾ ਜਿਹੜਾ ਸੀ ਉਹ ਬੰਦ ਹੋ ਗਿਆ ਜੀ। ਮਦਰੱਸਾ ਜਿਸ ਵੇਲੇ ਬੰਦ ਹੋ ਗਿਆ ਅਤੇ ਇਹਦੀ ਵਾਰੀ ਆਈ ਤਾਂ ਪਤਾ ਲੱਗਿਆ ਕਿ ਬਈ ਇਹਦਾ ਤਾਂ ਕੋਈ ਅੱਗੇ ਪਿੱਛੇ ਹੈ ਨਹੀਂ ਗਾ, ਇਹ ਕਿੱਧਰ ਜਾਊਗਾ। ਕਹਿੰਦੇ ਜੀ ਕਿ ਚਲੋ ਕਿਸੇ ਫੈਮਿਲੀ ਨੂੰ ਕਹੋ ਕਿ ਇਹਨੂੰ ਗੋਦ ਲੈ ਲਵੇ। ਲਓ ਮੁੰਡੇ ਨੂੰ ਗੋਦ ਲੈ ਲਿਆ ਜੀ ਇੱਕ ਮੁਸਲਿਮ ਫੈਮਿਲੀ। ਮੁੰਡਾ ਹੌਲੀ ਹੌਲੀ ਹੁਣ ਜਵਾਨ ਹੋਣਾ ਸ਼ੁਰੂ ਹੋ ਗਿਆ ਜੀ। ਉਹਨਾਂ ਨੇ ਫਿਕਰ ਕੀਤਾ, ਉਹਨਾਂ ਆਖਿਆ ਕਿ ਆਪਾਂ ਇਹਨੂੰ ਇੱਦਾਂ ਕਰਦੇ ਹਾਂ ਕਿ ਕਿਸੇ ਅਰਬ ਦੇਸ਼ ਦੇ ਵਿੱਚ ਕਮਾਈ ਵਾਸਤੇ ਭੇਜ ਦਿੰਦੇ ਹਾਂ ਜੀ। ਦੇਖੋ ਕਿਵੇਂ ਕਿਸਮਤ ਪਲਟਦੀ ਹੈ, ਬਿਲਕੁਲ ਕਿੱਥੋਂ ਦੀ ਕਿੱਥੋਂ ਕਹਾਣੀ ਹੋ ਗਈ। ਹਾਂ ਜੀ, ਜਿਸ ਵੇਲੇ ਉਹ ਗਏ ਆਧਾਰ ਸੈਂਟਰ 'ਤੇ ਜੀ, ਆਧਾਰ ਸੈਂਟਰ 'ਤੇ ਗਏ ਅਤੇ ਉਹਨਾਂ ਆਖਿਆ ਕਿ ਆਧਾਰ ਕਾਰਡ ਬਣਵਾਉਣਾ, ਉਹਨਾਂ ਆਖਿਆ ਰੱਖੂੰਗਲ। ਜਿਸ ਵੇਲੇ ਆਧਾਰ ਕਾਰਡ ਵਾਲਾ ਉਹ ਜਿਹੜਾ ਬਾਇਓਮੈਟ੍ਰਿਕ ਵਾਲਾ ਹੁੰਦਾ ਉਹ ਸ਼ੀਸ਼ਾ ਜਿਹਾ ਜੀ ਉਹਦੇ 'ਤੇ ਰੱਖਿਆ ਅਤੇ ਉਹਨੇ ਤਾਂ ਚੱਕ ਲਿਆ ਵੀ ਇਹਦਾ ਨਾਂ, ਚਲੋ ਕਾਲਪਨਿਕ ਨਾਂ ਜਿਹੜਾ ਵਿਜੇ ਜੀ, ਵੀ ਇਹ ਤਾਂ ਵਿਜੇ ਆ। ਉਹਨਾਂ ਆਖਿਆ ਨਹੀਂ ਨਹੀਂ ਇਹਦਾ ਨਾਂ ਮੁਹੰਮਦ ਉਮਰ ਆ। ਅੱਛਾ, ਜਦ ਨੂੰ ਉਹਨਾਂ ਨੇ ਨਾਂ ਨੁੱਕਰ ਕਰ ਦਿੱਤੀ ਕਿ ਚਲੋ ਦਫਾ ਕਰੋ ਅਸੀਂ ਬਣਾਉਂਦੇ ਨਹੀਂ ਜੀ, ਉਹ ਉੱਥੋਂ ਚਲੇ ਗਏ। ਪਰ ਤੱਤ ਫੱਟ 'ਚ ਕੀ ਆ ਕਿ ਉਹ ਇੱਕ ਜਿਹੜਾ ਕਰਮਚਾਰੀ ਸੀਗਾ ਜੀ, ਉਹਨੇ ਪਿਓ ਦਾ ਨਾਂ ਵਰਿੰਦਰ ਕੁਮਾਰ ਸੀ ਸ਼ਾਇਦ ਜੀ, ਉਹ ਨਾਂ ਨੋਟ ਕਰ ਲਿਆ ਅਤੇ ਪਿੰਡ ਸੀ ਜਿਹੜਾ ਉਹ ਨਾਂ ਉਹ ਨੋਟ ਕਰ ਲਿਆ। ਉਹ ਫਿਰ ਗਾਂ ਜਿਹੜਾ ਕਰਮਚਾਰੀ ਸੀ ਚੰਗਾ ਹੋਏਗਾ, ਅਤੇ ਵੈਸੇ ਵੀ ਧਰਮ ਪਰਿਵਰਤਨ ਦੇ ਨਾਮ 'ਤੇ ਤੁਹਾਨੂੰ ਪਤਾ ਅੱਜ ਕੱਲ੍ਹ ਕਾਫ਼ੀ ਚੱਲ ਰਿਹਾ। ਹਾਂਜੀ ਦੇਣੀ ਵੀ ਆਪਾਂ, ਹਾਂਜੀ ਹਾਂਜੀ, ਧਰਮ ਪਰਿਵਰਤਨ ਦਾ ਅੱਜ ਕੱਲ੍ਹ ਕਾਫ਼ੀ ਜ਼ਿਆਦਾ ਕਹਿ ਲਓ ਕਿ ਵਿਰੋਧ ਹੁੰਦਾ ਜੀ। ਉੱਥੇ ਕੋਈ ਲਾਗੇ ਲੀਡਰ ਸੀਗਾ ਛੋਟਾ, ਜਿਵੇਂ ਪੇਂਡੂ ਲੀਡਰ ਹੁੰਦਾ ਮੋਹਤਬਰ ਜਿਹਨੂੰ ਆਪਾਂ ਕਹਿੰਦੇ, ਬਿਲਕੁਲ ਜਾਨਕੀ ਰਾਜ, ਉਹਨੇ ਜਾਨਕੀ ਰਾਜ ਨੂੰ ਕਿਹਾ ਕਿ ਉਹਨੇ ਆਖਿਆ ਕਿ ਆਹ ਮਸਲਾ ਹੈ, ਮੁੰਡਾ ਉੱਥੇ ਆਇਆ ਸੀਗਾ ਜੀ, ਆਹ ਉਹਦੇ ਪਿਓ ਦਾ ਨਾਮ ਹੈ ਨੋਟ ਕੀਤਾ, ਆਹ ਉਹਦਾ ਪਿੰਡ ਆ ਜੀ, ਅਤੇ ਤੂੰ ਹੁਣ ਕੁਛ ਕਰ ਸਕਦਾ ਤਾਂ ਕਰ, ਮੁੰਡਾ ਜਿਹੜਾ ਹੈ ਉਹ ਮੁਸਲਮਾਨ ਨਹੀਂ ਹੈਗਾ, ਨਹੀਂ ਹੈਗਾ ਜੀ। ਲਓ ਜੀ ਉਹ ਠਾਣੇ ਗਿਆ, ਠਾਣੇ ਗਿਆ, ਉਹਨਾਂ ਨੇ ਫਿਰ ਸਾਰੀ ਡਿਟੇਲ ਵਗੈਰਾ ਜਿਹੜੀ ਉਹ ਚੈੱਕ ਕੀਤੀ ਜੀ, ਜਦੋਂ ਵੇਖਿਆ ਸਾਰਾ ਉਹਨਾਂ ਨੇ ਜਾਂਚ ਪੜਤਾਲ ਕਰਵਾ ਲਈ ਆਪਣੇ ਪੱਧਰ 'ਤੇ। ਪੁਲਿਸ ਤੁਹਾਨੂੰ ਪਤਾ ਜਦੋਂ ਮਗਰ ਲੱਗ ਜਾਂਦੀ, ਖਾਸ ਤੌਰ 'ਤੇ ਯੂਪੀ ਦੇ ਵਿੱਚ ਮਾਮਲਾ ਹੋਵੇ ਜੀ, ਧਰਮ ਪਰਿਵਰਤਨ ਨਾਲ ਜੁੜਿਆ ਹੋਵੇ, ਬਿਲਕੁਲ, ਉਹ ਫਿਰ ਉਹਨਾਂ ਨੇ ਬਹੁਤ ਜਲਦੀ ਜਲਦੀ ਕਹਿ ਲਓ ਕਿ ਉਹਦੇ ਪਿਓ ਨੂੰ ਇਤਲਾਹ ਦਿੱਤੀ ਜੀ ਕਿ ਮੁੰਡਾ ਤੇਰਾ ਜਾਂਦਾ, ਤਾਂ ਉਹਨੇ ਚਿਰ ਨੂੰ ਉਹਨਾਂ ਨੇ ਆਪਦਾ ਕੰਮ ਡਨ ਕਰ ਲਿਆ, ਬੰਦੇ ਫੜ ਲਏ। ਤਾਂ ਤੁਸੀਂ ਕਮਾਲ ਦੇਖੋ ਕਿ ਆਧਾਰ ਕਾਰਡ ਵਾਲਾ ਜਿਹੜਾ ਬਾਇਓਮੈਟ੍ਰਿਕ ਡਾਟਾ ਸੀਗਾ ਉਹਦੇ ਤੋਂ ਸਾਰੀ ਕਹਾਣੀ ਪਲਟ ਗਈ ਜੀ, ਅਦਰਵਾਈਜ਼ ਚੱਲ ਜਾਂਦਾ ਕੰਮ ਨਹੀਂ ਪਤਾ ਲੱਗਣਾ ਸੀ। ਬਿਲਕੁਲ ਮੈਨੂੰ ਜੀ, ਚਲੋ ਸ਼ੁਕਰ ਵਾਲੀ ਗੱਲ ਤਾਂ ਇਹ ਹੈ ਕਿ ਬੱਚਾ ਉਹਦੇ ਮਾਪਿਆਂ ਬੱਚਾ ਆਪਦੇ ਮਾਪਿਆਂ, ਪਰ ਇਹ ਗੱਲ ਫਿਕਰਮੰਦ ਵੀ ਬੜੀ ਹੈ ਕਿਉਂਕਿ ਬੱਚੇ ਸਭ ਦੇ ਨੇ, ਨਿੱਕੇ ਨਿੱਕੇ ਬੱਚੇ ਨੇ, ਅਤੇ ਅੱਜ ਕੱਲ੍ਹ ਇਹ ਕਿਡਨੈਪਿੰਗ ਵਗੈਰਾ ਚੱਲ ਵੀ ਬੜਾ ਰਿਹਾ, ਬਹੁਤ ਕੁਛ ਹੁੰਦਾ। ਬੱਚੇ ਪੰਜਾਬ 'ਚੋਂ ਬੜੇ ਗਾਇਬ ਹੁੰਦੇ ਆ ਜੀ। ਮੈਂ ਅੱਗੇ ਇੱਕ ਵਾਰੀ ਇੱਥੇ ਹੀ ਖਬਰ ਕੀਤੀ ਸੀ ਆਪਣੇ ਕਿ ਬਈ ਇੱਥੋਂ ਇੱਕ ਕੁੜੀ ਜਿਹੜੀ ਹੈ ਨਾ ਉਹਨੂੰ ਬਿਹਾਰ ਲਿਜਾਇਆ ਗਿਆ। ਬਿਹਾਰ ਔਰਕੈਸਟਰਾ ਦਾ ਕੰਮ ਬਹੁਤ ਚੱਲਦਾ ਜੀ, ਇਸ ਤਰ੍ਹਾਂ ਮਤਲਬ ਕਿ ਬੱਚੀਆਂ ਨੂੰ ਮਜਬੂਰ ਕਰ ਦਿੱਤਾ ਜਾਂਦਾ। ਤਾਂ ਗੱਲ ਇਹ ਆ ਕਿ ਸਾਡੇ ਪੰਜਾਬ ਦੇ ਵਿੱਚੋਂ ਵੀ ਬਹੁਤ ਸਾਰੇ ਬੱਚੇ ਆ ਜਿਹੜੇ ਗੁੰਮ ਹੁੰਦੇ ਆ ਅਤੇ ਮੁੜ ਕੇ ਕਦੇ ਲੱਭਦੇ, ਬਿਲਕੁਲ ਉਹ ਗਾਂ ਫਿਰ ਗਰੋਹ ਜਿਹੜੇ ਹੁੰਦੇ ਆ ਜੀ, ਇੱਥੋਂ ਤੱਕ ਕਿ ਅੰਗ ਤਸਕਰੀ ਜਾਂ ਕਹਿ ਲਓ ਕਿ ਆ ਜਿਹੜੀ ਭੀਖ, ਇਹ ਵੀ ਇੱਕ ਤਰ੍ਹਾਂ ਨਾਲ ਮਾਫੀਆ ਹੈ ਨਾ, ਮਾਫੀਆ ਜੀ, ਮਾਫੀਆ, ਬਿਲਕੁਲ, ਅੰਗ ਪੈਰ ਤੋੜ ਦਿੱਤੇ ਜਾਂਦੇ ਆ। ਇਹ ਬਹੁਤ ਬਹੁਤ ਗੰਦੀ ਦੁਨੀਆ ਹੈ ਜਿਹਦੇ ਵਿੱਚ ਇਹਨਾਂ ਬੱਚਿਆਂ ਨੂੰ ਧੱਕ ਦਿੱਤਾ ਜਾਂਦਾ ਹੈ, ਬੱਚੀਆਂ ਨੇ ਜਿਹੜੀਆਂ ਉਹਨਾਂ ਨੂੰ ਦੇਹ ਵਪਾਰ ਦੇ ਵਿੱਚ ਪਾ ਦਿੱਤਾ ਜਾਂਦਾ ਹੈ। ਸੋ ਬਹੁਤ ਨਰਕਾਂ ਵਾਲੀ ਜ਼ਿੰਦਗੀ ਬਣਾ ਦਿੱਤੀ ਜਾਂਦੀ ਹੈ ਅਤੇ ਬਹੁਤ ਸਾਰੇ ਬੱਚੇ ਆ ਜੀ ਜਿਹੜੇ ਪੂਰੇ ਇੰਡੀਆ 'ਚ, ਹੁਣ ਕੁਝ ਲੋਕ ਤਾਂ ਮਿਸ਼ਨ ਬਣਾ ਕੇ ਲੱਗੇ ਹੋਏ ਨੇ ਜੀ ਕਿ ਜਿਹੜੇ ਇਸ ਤਰ੍ਹਾਂ ਦੇ ਬੱਚੇ ਉਹਨਾਂ ਨੂੰ ਖੋਜਿਆ ਜਾਵੇ ਅਤੇ ਅਸਲ ਮਾਂ ਬਾਪ ਦੇ ਹਵਾਲੇ ਕੀਤਾ ਜਾਵੇ ਜੀ। ਜੀ ਮਿੰਟੂ ਜੀ, ਕੁਛ ਕਮੈਂਟ ਵੀ ਆਪਾਂ ਪੜ੍ਹਾਂਗੇ।
ਕੁਲਦੀਪ ਸਿੰਘ ਗਰੇਵਾਲ ਜੀ ਕਹਿ ਰਹੇ ਨੇ ਕਿ 9 ਦਿਨ ਹੋ ਗਏ ਇੰਦੌਰ ਦੇ ਵਿੱਚ ਸੂਰਜ ਨਹੀਂ ਨਿਕਲਿਆ। ਭਾਅ ਜੀ ਇੱਥੇ ਸਾਡੇ ਇਕੱਲਾ ਸੂਰਜ ਹੀ ਨਿਕਲਿਆ ਹੋਇਆ ਅਤੇ ਗਰਮੀਓਂ ਗਰਮੀ ਹੈ। ਇਹ ਕਮੈਂਟ ਮੈਨੂੰ ਸ਼ਨੀਵਾਰ ਦੇ ਲਾਈਵ 'ਚ ਵੀ ਕਹਿ ਰਹੇ ਸੀ 9 ਦਿਨ, ਅਤੇ ਉਦੋਂ ਤਾਂ ਫਿਰ 2-3 ਦਿਨ ਐਕਸਟਰਾ ਜੋੜ ਲੈਣੇ ਚਾਹੀਦੇ ਆ, ਫਿਰ ਆਪਾਂ ਪਲੱਸ ਕਰ ਲੈਂਦੇ ਹਾਂ। ਹਾਂਜੀ ਉਦਣ ਵੀ 9 ਦਿਨ ਕੋਈ ਕਹਿ ਰਿਹਾ ਸੀ, ਉਦਣ ਘਟਾ ਲਓ, ਠੀਕ ਲਾ ਲਓ ਤੁਸੀਂ।